But the either pass some are they could you pass some out? If man is a prayer, man andro pyar ni karta guru ka kaam hai na matha tek ke usse le baat itna tak koi apne rishtedar ko nahi milta koi apna sajjan pe nahi mil jaate na dost mil jaate do char minute pure bol ke apna khadde hai na ki tera kiya hala sana jitta ka kuch apniyan dasde ho nu sadhu ji paas kari baithte bahut mushkil lagta ਨਾਮ ਜਪਣ ਲੱਗਿਆ ਸਾਡੀ ਆਵਾਜ਼ ਬਿਲਕੁਲ ਹੌਲੀ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਸਾਨੂੰ ਸ਼ਰਮ ਆਉਂਦੀ ਹੈ ਆਸੇ ਪਾਸੇ ਬੈਠਾ ਨਾ ਦੇਖ ਲੈ ਨਾਣਾ ਜਪਦਾ ਹੈ ਇਹ ਜਪ ਰਿਹਾ ਹੈ ਤੂੰ ਕੀ ਲੈਣਾ ਉਹਨਾਂ ਤੋਂ ਤੁਸੀਂ ਜਪਿਆ ਜਿਹੜਾ ਤੁਹਾਡਾ ਜਪਿਆ ਤੁਹਾਡੇ ਕੋਲ ਲੈਣਾ ਉਹ ਕਿਸੇ ਨੇ ਕੋਲ ਨਹੀਂ ਲੈਣਾ ਪਰ ਆਪਾਂ ਇਹ ਸੋਚਦੇ ਹਾਂ ਕਿ ਸਾਡਾ ਨਾਲ ਵਾਲਾ ਬੈਠਾ ਪਤਾ ਨਹੀਂ ਮੇਰੇ ਬਾਰੇ ਕੀ ਸੋਚੇਗਾ ਇਹ ਜਾਣਾ ਪਰ ਬਣ ਗਿਆ ਪਰ ਇਹਦੇ ਕੰਪੈਰੀਟਿਵਲੀ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਤਿਗੁਰ ਜੀ ਨੇ ਜੇ ਇੰਨੀ ਕਿਰਪਾ ਤੁਹਾਡੇ ਤੇ ਕਰ ਦਿੱਤੀ ਹੈ ਹੋ ਸਕਦਾ ਤੁਹਾਡੇ ਜਪਦਾ ਦੇਖ ਕੇ ਨਾਲ ਵਾਲੇ ਮਨ ਨਾਲ ਨਾ ਹੋਵੇ ਉਹ ਵੀ ਜਪਣਾ ਸ਼ੁਰੂ ਕਰ ਦੇ ਜੇ ਪਰ ਜਿਆ ਕਰੋ ਜੇ ਸੰਗਤ ਵਿੱਚ ਆਉਂਦੇ ਹੋ ਨਾ ਤਾਂ ਵੱਧ ਤੋਂ ਨਾਮ ਦੀ ਕਮਾਈ ਕਰਿਆ ਕਰੋ ਜਿਹੜਾ ਸੰਗਤ ਵਿੱਚ ਆ ਕੇ ਨਹੀਂ ਤੇ ਦੱਸਦਾ ਉਹ ਇੱਕ ਕੁਝ ਨਹੀਂ ਪ੍ਰਾਪਤ ਕਰ ਸਕਦਾ ਭਗਤ ਪਿਆਰੇ ਦਾ ਇੰਨਾ ਪਿਆਰ ਕੀਤਾ ਮਹਾਰਾਜ ਇੰਨਾ ਪਿਆਰ ਸਤਿਗੁਰ ਜੀ ਤੇਰੇ ਬਿਨਾਂ ਮੇਰਾ ਕੋਈ ਹੋਰ ਨਹੀਂ ਹੈ ਤੂੰ ਹੀ ਤੂੰ ਹੀ ਅਬ ਤਬ ਜਬ ਤਬ ਤੂੰ ਹੀ ਅਬ ਤੋ ਪਰ ਸਾਧ ਸੁਖੀ ਸਦੈ ਮਰ ਤੇਰੀ ਕਿਰਪਾ ਨਾਲ ਸੁਖੀ ਬਸਰ ਹੈ ਤੂੰ ਮੇਰੇ ਤੇ ਕਿਰਪਾ ਕੀਤੀ ਹੈ ਜਦੋਂ ਸੰਗਤ ਵਿੱਚ ਆਉਂਦੇ ਤਾਂ ਬੇਨਤੀ ਕਰਨਾ ਸੀ ਉਸੀ ਆਵਾਜ਼ ਵਿੱਚ ਇਹਦੇ ਪ੍ਰਥਾਏ ਐਗਜ਼ਾਮਪਲ ਵਿੱਚ ਮਾਰਚ ਆਪਾਂ ਦੁਨਿਆਵੀ ਢੰਗ ਦੀ ਐਗਜ਼ਾਮਪਲ ਅਗਰ ਲੈ ਲਈਏ ਜ਼ਿਆਦਾ ਛੇਤੀ ਸਮਝ ਆਉਂਦੀ ਹੈ ਇੱਕ ਬੱਚਾ ਆਪਣੀ ਮਾਂ ਨੂੰ ਆਵਾਜ਼ ਮਾਰਦਾ ਹੈ ਕੁੜੀ ਦੀ ਮਾਂ ਤੇ ਮਾਂ ਥੋੜ੍ਹੀ ਜਿਹਾ ਇਗਨੋਰ ਕਰ ਦਿੰਦੀ ਹੈ ਅਣਗਹਿਲੀ ਕਰ ਦਿੰਦੀ ਕਿ ਸ਼ਾਇਦ ਮੇਰੇ ਬੱਚੇ ਨੇ ਵੈਸੇ ਆਵਾਜ਼ ਮਾਰੀ ਅਗਰ ਇੱਕ ਬੱਚਾ ਜ਼ੋਰ ਨਾਲ ਆਵਾਜ਼ ਮਾਰ ਦੇਵੇ ਨਾ ਮਾਂ ਤੇ ਮਾਂ ਦਾ ਹੌਂਕਾ ਨਿਕਲ ਜਾਂਦਾ ਹੈ ਪਤਾ ਨਹੀਂ ਮੇਰੇ ਬੱਚੇ ਨੂੰ ਕੀ ਹੋ ਗਿਆ ਉਹ ਭੱਜੀ ਆਉਂਦੀ ਹੈ ਆ ਕੇ ਉਹ ਗੱਲ ਨਾਲ ਤੁਸੀਂ ਪਤਾ ਕੀ ਗੱਲ ਹੋਈ ਇੰਨੀ ਉੱਚੀ ਚੀਕ ਮਾਰੀ ਇੰਨੀ ਉੱਚੀ ਆਵਾਜ਼ ਮਾਰੀ ਤੁਸੀਂ ਠੀਕ ਠਾਕ ਹੈ ਹੁਣ ਸੋਚੋ ਇੱਕ ਦੁਨਿਆਵੀ ਮਾਂ ਅਗਰ ਉੱਚੀ ਮਾਰ ਕੇ ਦੌੜੀ ਆ ਸਕਦੀ ਹੈ ਸਤਿਗੁਰ ਜੀ ਤਾਂ ਸਾਰੀ ਕਾਇਨਾਤ ਦੇ ਮਾਂ ਬਾਪ ਸਭਨਾ ਦਾ ਮਾਂ ਪਿਓ ਆਪ ਸਗਤ ਬੋਲੇ ਕਰ ਕੇ ਸਭਨਾ ਦਾ ਮਾਂ ਪਿਓ ਆਪ ਆਪੇ ਸਾਰੇ ਇਹ ਤਾਂ ਸਾਰੀ ਕਾਇਨਾਤ ਦੇ ਮਾਂ ਬਾਪ ਦਾ ਨਹੀਂ ਇਹਨਾਂ ਵਰਗਾ ਦੂਜਾ ਕੋਈ ਨਹੀਂ ਜੇ ਅੰਦਰੋਂ ਬੰਦਾ ਮਾਨ ਪੈ ਗਈ ਅਸੀਂ ਇਹਨਾਂ ਦੀ ਕੀ ਕਦਰ ਕਰਨੀ ਅਸੀਂ ਆਪਣੇ ਮਾਂ ਬਾਪ ਦੀ ਕਦਰ ਵੀ ਕਰਦੇ ਜਿਹੜੇ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਬੜਾ ਦੁੱਖ ਲੱਗਦਾ ਹੈ ਜਦੋਂ ਕਿਸੇ ਬੱਚੇ ਨੂੰ ਆਪਣੇ ਮਾਂ ਬਾਪ ਨੂੰ ਘਰੋਂ ਕੱਢਦਿਆਂ ਵੇਖੀਦਾ ਨਾ ਬੜਾ ਮਨ ਦੁੱਖਦਾ ਸੀ ਔਰ ਸੱਚ ਕਰਕੇ ਜਾਣੇ ਜਿਹੜਾ ਬੱਚਾ ਆਪਣੇ ਮਾਂ ਬਾਪ ਦਾ ਨਹੀਂ ਬਣ ਸਕਦਾ ਨਾ ਆਪਣੇ ਮਾਂ ਬਾਪ ਦੇ ਨਾਲ ਪਿਆਰ ਨਹੀਂ ਕਰਦਾ ਖਿਮਾ ਕਰਦੇ ਹੋ ਜਿਹੜੀ ਨੌ ਜਿਹੜੀ ਔਰਤ ਆਪਣੇ ਸੱਸ ਸਹੁਰੇ ਨੂੰ ਸਤਿਕਾਰ ਨਹੀਂ ਨਾ ਦਿੰਦੀ ਆਉਣ ਵਾਲੇ ਸਮੇਂ ਚ ਉਹਦੀ ਨੌ ਵੀ ਉਹਨੂੰ ਸਤਿਕਾਰ ਨਹੀਂ ਦਿੰਦੀ ਮਾਤਾ ਪਿਤਾ ਨੇ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਕਿ ਕੁਝ ਚੱਲ ਬੁਢਾਪੇ ਚ ਸਾਡਾ ਸਹਾਰਾ ਬਣੇਗਾ ਪਰ ਇੱਥੇ ਤਾਂ ਕੋਈ ਇੱਕ ਹੋਰ ਹੀ ਗੱਲਾਂ ਚੱਲ ਪਈਆਂ ਪੁੱਤਰ ਨੇ ਆਪਣਾ ਨਫਾ ਨੁਕਸਾਨ ਵੇਖਿਆ ਚਲੋ ਜੀ ਜਾਇਦਾਦ ਮਿਲਣ ਦੀ ਦੇਰ ਸੀ ਮਾਂ ਬਾਪ ਨੂੰ ਘਰੋਂ ਕੱਢ ਦਿੱਤਾ ਇੱਕ ਵਾਕਿਆ ਮੈਂ ਛੋਟੇ ਹੁੰਦੇ ਸੁਣਿਆ ਸੀ ਕਾਫੀ ਪੁਰਾਣੀ ਗੱਲ ਹੈ ਉਹ ਭਾਈ ਸਾਹਿਬ ਦੀ ਮਾਂ ਕੁਛ ਬੇਨਤੀ ਕਰ ਰਿਹਾ ਸੀ ਕਿਸੇ ਜੇ ਪਰਿਵਾਰ ਨਾ ਇੱਕ ਬੱਚਾ ਆਪਣੇ ਮਾਂ ਬਾਪ ਦੇ ਨਾਲ ਇੰਨੀ ਘਿਰਣਾ ਕਰਨ ਲੱਗ ਪਿਆ ਨਾ ਮਾਂ ਵਿਚਾਰੀ ਗੁਜ਼ਰ ਗਈ ਤਾਂ ਪਿਓ ਵੀ ਵਿਚਾਰਾ ਰੋਗੀ ਹੋਇਆ ਹੈ ਸਾਰੀ ਰਾਤ ਖੜਦਾ ਰਹਿੰਦਾ ਹੈ ਇੱਕ ਦਿਨ ਉਹਦਾ ਪੁੱਤਰ ਉਹਨੂੰ ਕਹਿਣ ਲੱਗਾ ਵੀ ਕਹਿੰਦਾ ਕਹਿੰਦਾ ਬਾਪੂ ਸਾਰੀ ਰਾਤ ਤੋਂ ਖੰਘਦਾ ਰਹਿੰਦਾ ਹੈ ਮੇਰੇ ਬੱਚੇ ਸੁਣਦੇ ਨਹੀਂ ਮੇਰੀ ਘਰ ਵਾਲੀ ਮੇਰੇ ਨਾਲ ਲੜਦੀ ਰਹਿੰਦੀ ਹੈ ਵੀ ਤੁਹਾਡੇ ਬਾਪੂ ਕਰਕੇ ਸਾਡੀ ਸਾਰੀ ਰਾਤ ਦੀ ਖਰਾਬ ਹੁੰਦੀ ਹੈ ਇਹਦਾ ਰਾਤ ਕਰੋ ਜਾਂ ਇਹ ਇਸ ਘਰ ਚ ਰਹੇਗਾ ਤਾਂ ਮੈਂ ਰਹਾਂਗੀ ਜਾਂ ਮੇਰੇ ਬੱਚੇ ਰਹਿਣਗੇ ਨਹੀਂ ਤਾਂ ਨਹੀਂ ਇਸ ਘਰ ਚ ਰਹਿਣਗੇ
सारे प्यार जो आपको संग्राम हर गलती में काबिल करके सोच जे मन की ताकत ना कीता तो कुछ प्राप्त नहीं होना। अपने बापू पास क्या कहता, बापू सारी रात तो खंगदा रहता है, मेरे बच्चे सो नहीं पाते, मैनू भी नींद नहीं आती, क्यों ना तू घर तो चलिया जा। बापू कहता पुत्र मैं कहीं जाना है, तू एदा कर तेनू किसी नदी च डूब के ही मार, जे मेरे तो इना दुखी है ना तो मैनू किसी नदी च डूब के मारिया, पर पुत्र मैं जिंदे जी मेरे तो दूर नहीं रह सकता। ਤੇ ਉਹ ਫਿਰ ਪਿਆਰ ਕਰ ਰਿਹਾ ਹੈ, ਪੁੱਤਰ ਫਿਰ ਮਾਇਆ ਦੇ ਵਿੱਚ ਅੱਖਾਂ ਦੇ ਉੱਤੇ ਪਰਦਾ ਪੈ ਗਿਆ। ਕਹਿੰਦਾ ਚੱਲ ਬਾਪੂ ਆ ਤੇ ਗੱਲ ਬਣ ਗਈ, ਤੈਨੂੰ ਡੋਬ ਕੇ ਮਾਰਨਾ ਕਿੱਥੇ ਜਾਏਗਾ। ਹੁਣ ਜਦੋਂ ਪਿਓ ਨੂੰ ਇੰਨੀ ਗੱਲ ਆਖੀ ਕਿ ਪਿਓ ਤੇਰੀ ਖੰਘ ਕਰਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਤਾਂ ਪਿਓ ਮਨ ਭਰ ਕੇ ਰੋਂਦਾ ਹੋਇਆ ਇਹ ਗੱਲ ਕਹਿੰਦਾ, ਪੁੱਤਰਾ ਜਦ ਤੂੰ ਛੋਟਾ ਸਾ ਨਾ, ਜਦ ਤੂੰ ਪੈਦਾ ਹੋਇਆ ਸਾ ਸਾਰੀ ਸਾਰੀ ਰਾਤ ਰੋਂਦਾ ਸਾ, ਕਦੀ ਬਾਥਰੂਮ ਕਰਦਾ ਕਦੀ ਕੁਛ ਕਰਦਾ, ਤਾਂ ਸੱਚ ਕਰਕੇ ਜਾਣੀ ਉਦੋਂ ਨੀਂਦ ਮੈਨੂੰ ਵੀ ਨਹੀਂ ਸੀ ਆਉਂਦੀ, ਪਰ ਮੈਂ ਕਦੇ ਵੀ ਗਿਲਾ ਨਹੀਂ ਕੀਤਾ, ਮੈਂ ਤਾਂ ਕਹਿੰਦਾ ਰੱਬ ਨੇ ਮੈਨੂੰ ਦਾਤ ਬਖਸ਼ੀ ਹੈ। ਹੁਣ ਇੰਨਾ ਪਵਿੱਤਰ ਘਰ ਬਣ ਗਿਆ, ਪੁੱਤ ਪਿਓ ਨੂੰ ਮੋਢਿਆਂ 'ਤੇ ਚੁੱਕ ਕੇ ਤੇ ਨਦੀ 'ਚ ਡੋਬਣ ਵਾਸਤੇ ਤੁਰਿਆ ਜਾ ਰਿਹਾ ਹੈ। ਪਹੁੰਚ ਗਿਆ ਨਦੀ ਪਾਸ, ਤਾਂ ਪਿਓ ਕਹਿੰਦਾ ਪੁੱਤਰਾ ਏਦਾਂ ਕਰ, ਮੈਨੂੰ ਥੋੜਾ ਅੱਗੇ ਕਰਕੇ ਡੁੱਬੀ ਡੂੰਘੇ ਪਾਣੀ 'ਚ। ਕਹਿੰਦਾ ਕਿਉਂ ਬਾਪੂ? ਕਹਿੰਦਾ ਬਸ ਮੈਨੂੰ ਅੱਗੇ ਕਰਕੇ ਡੁੱਬੀ, ਤੇਰੇ ਬੱਚੇ ਤੈਨੂੰ ਇਦੋਂ ਵੀ ਅੱਗੇ ਕਰਕੇ ਡੁੱਬਣ। ਜਦੋਂ ਇਹਦੀ ਗੱਲ ਸੁਣੀ ਐ ਹੜਤਾ ਜਾ ਗਿਆ, ਕਹਿੰਦਾ ਬਾਪੂ ਮੇਰੇ ਬੱਚੇ ਮੈਨੂੰ ਕਿਉਂ ਡੁੱਬਣਗੇ? ਕਹਿੰਦਾ ਪੁੱਤਰਾ ਸਵਰਗ ਨਰਕ ਸਭ ਇੱਥੇ ਹੀ ਹੈ, ਮੈਂ ਆਪਣੇ ਬਾਪ ਨੂੰ ਇੱਥੇ ਡੋਬ ਕੇ ਗਿਆ ਸਾਂ, ਤੂੰ ਮੈਨੂੰ ਕਿਤੋਂ ਗਾਹ ਕਰਕੇ ਡੋਬ, ਤੇਰੇ ਬੱਚੇ ਮੈਨੂੰ ਕਿਤੋਂ ਅੱਗੇ ਕਰਕੇ ਡੋਬਣਗੇ। ਜਦੋਂ ਇਹਦੀ ਗੱਲ ਸੁਣੀ ਕਹਿੰਦਾ ਮੇਰੇ ਬੱਚੇ ਮੈਨੂੰ ਡੋਬਣਗੇ? ਬਾਪੂ ਦੇ ਪੈਰਾਂ 'ਚ ਦੇਖਿਆ, ਮਾਫ਼ੀ ਮੰਗੀ, ਬਾਪੂ ਜੀ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ ਬੜੀ ਭਾਰੀ। ਔਰ ਪਿਓ ਦਾ ਰਿਹਾ ਫਿਰ ਦੇਖੋ, ਜੋ ਕਹਿੰਦਾ ਕੋਈ ਗੱਲ ਨੀ ਪੁੱਤ, ਉਹ ਜਾਣੇ ਮਾਫ ਕੀਤਾ ਤੂੰ ਨਾ ਮੇਰੇ ਕਲੇਜੇ ਦਾ ਟੁਕੜਾ ਹੈ, ਤੇਰੇ ਲਈ ਤੂੰ ਜੁਨਤ ਤੈਨੂੰ ਵੇਖ ਲੈਂਦਾ ਚੁਣਾ। ਪੁੱਤਰਾ ਮਾਂ ਬਾਪ ਦਾ ਦਿਲ ਏਡਾ ਵਿਸ਼ਾਲ ਹੁੰਦਾ ਹੈ, ਬੱਚੇ ਦੀਆਂ ਭੁੱਲਾਂ ਨੀ ਚਕਾਰ ਦੇ ਮਾਰ ਵੀ ਕਮਾਉਣ ਦੇ ਰਹੇ ਨੇ, ਪਰ ਕਬੀਰ ਦੀ ਸੁੱਧ ਅਪਰਾਧ ਕਰਨ ਹੈ ਜੇ ਤੇ ਜਿੰਨੀ ਚੀਜ਼ ਨਾਲ ਆਵਸ ਤੇ ਰਾਮ ਮਈਆ ਮੁਬਾਰਕ ਤੇਰਾ ਆਵੇ ਨਾ ਖੰਡਸ ਸੌ ਮੇਰਾ ਮਰ ਤਾਂ ਤੇਰੇ ਬੱਚਾ ਨਾ, ਜਿੱਦਾਂ ਇੱਕ ਮਾਂ ਆਪਣੇ ਬੱਚੇ ਦੀ ਗਲਤੀਆਂ ਮਨ 'ਚ ਇੱਥੇ ਰੱਖਦੀ, ਉਸੇ ਤਰ੍ਹਾਂ ਤੂੰ ਮੇਰੇ ਵੀ ਸਾਰੇ ਕੰਮ ਭੁਲਾ ਕੇ ਮਾਰੇਗਾ ਤੇ ਮੈਨੂੰ ਬਖਸ਼ ਦੇ। ਮਾਤਾ ਪਿਤਾ ਦਾ ਸਤਿਕਾਰ ਕਰਿਆ ਕਰੋ, ਜਿਹੜਾ ਬੱਚਾ ਮਾਂ ਬਾਪ ਦਾ ਸਤਿਕਾਰ ਨਹੀਂ ਕਰਦਾ, ਜਿਹੜੀ ਨੂੰ ਆਪਣੇ ਸੱਸ ਸਹੁਰੇ ਦਾ ਸਤਿਕਾਰ ਨਾ ਕਰਦੀ, ਗੁਰੂ ਘਰ ਆ ਕੇ ਜਿਹਦੀ ਮਰਜ਼ੀ ਸੇਵਾ ਕਰ ਲਵੇ, ਉਹਦੀ ਸੇਵਾ ਕਿਸੇ ਸਾਈ ਨਹੀਂ ਸਾ ਸਕਦੀ। ਸਤਿਗੁਰੂ ਜੀ ਕਹਿਣਗੇ ਜਿਹੜਾ ਮੇਰੇ ਕੋਲ ਕੀ ਲੈਣਾ ਹੈ, ਜਿਹੜਾ ਤੈਨੂੰ ਘਰ ਵਿੱਚ ਰੱਬ ਦਿੱਤਾ ਉਹਨੂੰ ਤੂੰ ਤਾਂ ਠੁਕਰਾ ਮਾਰਦਾ, ਉਹਨੂੰ ਤੂੰ ਤਾਂ ਪੁੱਛਦਾ ਵੀ ਨਹੀਂ ਤੇ ਮੇਰੇ ਤੋਂ ਕੀ ਲੈਣਾ। ਸੇਵਾ ਮਤਲਬ ਘਰ ਤੋਂ ਸ਼ੁਰੂ ਹੁੰਦੀ ਹੈ ਜੇ ਕੋਈ ਮੰਨ ਲਵੇ। ਇਸ ਕਰਕੇ ਮੇਰੀ ਸਾਰਿਆਂ ਤੇ ਬੇਨਤੀ ਹੈ, ਜਿੰਨੇ ਵੀ ਇੱਥੇ ਬੈਠੇ ਹੋ, ਆਪਣੇ ਮਾਤਾ ਪਿਤਾ ਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ। ਜ਼ਰੂਰੀ ਨਹੀਂ ਹੁੰਦਾ ਲੜਾਈ ਹਰ ਇੱਕ ਬੱਚੇ ਦੀ ਮਾਂ ਬਾਪ ਨਾਲ ਹੁੰਦੀ ਹੈ, ਸਾਡੀ ਵੀ ਹੋ ਜਾਂਦੀ ਹੈ, ਪਰ ਇਹ ਨਹੀਂ ਕਿ ਆਪਾਂ ਮਾਂ ਬਾਪ ਨੂੰ ਦਿਲੋਂ ਪਿਆਰ ਨਹੀਂ ਕਰਦੇ। ਜੇ ਮਾਂ ਬਾਪ ਨੂੰ ਲੱਭ ਮਰ ਪਈਏ ਨਾ, ਸੱਚ ਕਹਿ ਜਾਣਿਓ ਗੁਰੂ ਨਾਨਕ ਦੇ ਘਰ ਚ ਸਾਸਰ ਮਿਲ ਜਾਂਦਾ ਸੀ। ਜਦੋਂ ਮਹਿਤਾ ਕਾਲੂ ਜੀ ਜਦੋਂ ਗੁਰੂ ਨਾਨਕ ਸਾਹਿਬ ਦੀ 20 ਰੁਪਏ ਦਾ ਸਿੱਕਾ ਸੌਦਾ ਕਰਕੇ ਆ ਗਏ ਸੀ, ਭੁੱਖੇ ਸਾਸਰ ਨੂੰ ਭੁੱਲ ਛਕਾ ਕੇ ਆ ਗਏ ਸੀ ਨਾ, ਤਾਂ ਮਹਿਤਾ ਕਾਲੂ ਜੀ ਨੇ ਪੰਗਿਆਂ ਨੂੰ ਚਪੇੜਾਂ ਵੀ ਮਾਰੀਆਂ, ਚੰਡਾ ਵੀ ਮਾਰੀਆਂ, ਬੁਰਾ ਭਲਾ ਵੀ ਬੋਲਿਆ। ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਚੰਡਾ ਮਾਰਦੇ ਸੀ ਨਾ ਮਹਿਤਾ ਕਾਲੂ ਜੀ, ਤਾਂ ਸੱਚ ਕਰਕੇ ਜਾਣੋ ਸਾਰੇ ਆਕਾਸ਼ ਵਿੱਚ ਦੇਵੀ ਦੇਵਤੇ ਰੋ ਰਹੇ ਸੀ। ਗੁਰੂ ਨਾਨਕ ਇਹ ਤੇਰਾ ਪਿਤਾ ਜ਼ਰੂਰ ਹੈ, ਪਰ ਇਹਨੇ ਤੈਨੂੰ ਮਾਰਿਆ, ਇਹਨੇ ਤੈਨੂੰ ਜਾਣਿਆ ਹੀ ਨਹੀਂ, ਅਸੀਂ ਇਹਨੂੰ ਪੁੱਛਣਾ ਜ਼ਰੂਰ ਹੈ ਵੀ ਇਹਨੇ ਕਿਸ ਹੱਥ ਦੇ ਨਾਲ ਤੈਨੂੰ ਚਪੇੜਾ ਮਾਰਿਆ। ਤੇ ਗੁਰੂ ਨਾਨਕ ਸਾਹਿਬ ਅੰਤਰ ਧਿਆਨ ਹੋ ਕੇ ਕੈਸਾ ਸਤਿਕਾਰ ਸਿਖਾਇਆ ਮਾਂ ਬਾਪ ਦਾ, ਅੰਤਰ ਧਿਆਨ ਹੋ ਕੇ ਜਵਾਬ ਦੇ ਰਹੇ ਨੇ, ਕਹਿੰਦੇ ਨਾ ਤੁਸੀਂ ਇਹਨੂੰ ਕੁੱਝ ਨਹੀਂ ਪੁੱਛਣਾ,
ਇਹ ਮੇਰਾ ਬਾਪੂ ਹੈ, ਇਹ ਮੇਰਾ ਪਿਓ ਹੈ, ਤੇ ਪਿਓ ਰੱਬ ਦੀ ਜਗ੍ਹਾ ਹੁੰਦਾ ਹੈ ਤੇ ਰੱਬ ਦੀਆਂ ਚਪੇੜਾਂ ਦਾ ਵਾਦਾ ਦੱਸਦਾ। ਇਸ ਕਰਕੇ ਸਾਧ ਸੰਗਤ ਜੀ, ਸਾਡੇ ਗੁਰੂ ਨੇ ਵੀ ਬੜਾ ਸਤਿਕਾਰ ਕੀਤਾ ਹੈ, ਸਾਰੇ ਕਿਰਪਾ ਕਰਿਆ ਕਰੋ, ਆਪਣੇ ਮੈਂ ਕਹਾਂ ਕਿਰਪਾ ਕਰਿਆ ਕਰੋ, ਕਿਉਂਕਿ ਬੇਨਤੀ ਆਪਾਂ ਪ੍ਰਵਾਹ ਦੀ ਕਿਰਪਾ ਹੀ ਕਰਦਾ ਕਰੋ ਕਿ ਆਪਣੇ ਮਾਂ ਬਾਪ ਦਾ ਸਤਿਕਾਰ ਕਰ ਸਕਿਆ। ਜੇ ਤੁਹਾਨੂੰ ਉਹਨਾਂ ਨੇ ਜਵਾਨੀ ਵੇਲੇ ਪਾਲਿਆ ਹੋਣਾ ਤਾਂ ਇਸ ਉਮਰੇ ਇਸ ਉਮਰੇ ਕਮ ਸੇ ਕਮ ਤੁਸੀਂ ਉਹਨਾਂ ਦਾ ਸਤਿਕਾਰ ਜ਼ਰੂਰ ਕਰੋ। ਆਓ ਪਿਆਰ